हेलो। की हाल है? ठीक है जनाब, पहचान लिया? पहचान ले, आ गया याद फोन करेंदा। बड़ी गल आ, बड़ी गल आ। पिछले 2 घंटे तो मैं दलील हो गया फोन कर करके, अगो वेटिंग वेटिंग ते आ गया यार। सुकून ना, आराम ना मैनू दसना, मेरे ना कोई लड़ाई नहीं पानी, मैनू सुकून ना दसना भी बिजी कितने सी। ਉਹ ਹਾਲੇ ਕਿ ਫੋਨ ਕੀਤਾ ਸੀਗਾ, ਤੁਹਾਨੂੰ ਪਤਾ ਹੀ ਹੈਗਾ ਪੈਕੇਜ ਕਰੀਦਾ ਤੇ ਫਿਰ ਉੱਥੇ ਹੀ ਗੱਲ ਕਰਨੀ ਹੁੰਦੀ ਹੈ। ਅੱਛਾ, ਪੈਕੇਜ 1 ਘੰਟੇ ਦਾ ਹੁੰਦਾ, 1 ਘੰਟੇ ਤੋਂ ਬਾਅਦ ਫੇਰ ਮਿਲਾ ਲਈ ਜੀ ਕਾਲ? ਹੁਣ ਪਤਾ ਨਾ ਫੇ ਬੁੱਢੀਆਂ ਦੀ ਗੱਲਾਂ ਕਿੱਥੇ ਮੁੱਕਦੀਆਂ, ਅੰਮੀ ਗੱਲ ਕਰਦੇ ਪਏ ਸੀ। ਬਸ ਕਰਦੇ ਬਸ ਕਰਦੇ, ਬੁੱਢੀਆਂ ਦੀਆਂ ਤੁਹਾਡੇ ਘਰ 'ਚ ਸਾਰਿਆਂ ਕੋਲ ਫੋਨ ਆ। ਤੇ ਪੈਕੇਜ ਤੇ ਇਹਦਾ ਕੀਤਾ ਸੀ ਨਾ ਇਹ ਸਿਮ ਦਾ। ਤੇ ਪੈਕੇਜ ਕਿੱਥੇ, ਕਿਹੜੀ ਕਿਹਦੀ ਗੱਲ, ਕੌਣ ਗੱਲ ਕਰ ਰਿਹਾ ਸੀ? ਅੰਮੀ ਗੱਲ ਕਰਦੇ ਪਏ ਸੀ ਖਾਲਾ ਨਾਲ, ਖਾਲਾ ਦੀ ਅੱਛਾ ਕੁੜੀ, ਖਾਲਾ ਦੀ ਵੱਡੀ ਕੁੜੀ ਦਾ ਰਿਸ਼ਤਾ ਦੇਖਣ ਆਏ ਸੀਗੇ ਨਾ, ਤੇ ਉਹ ਪੁੱਛਣ ਲੱਗੇ ਸੀ ਮੁੰਡਾ ਕੀ ਕਰਦਾ ਕਿੱਦਾਂ ਕਰਦਾ। अच्छा ते इधरों मुंडा भावे सोच सोच के पता नहीं कितना करके की कर दिंदा। ਗੁੱਸਾ ਨਹੀਂ ਕਰੀਦਾ ਹੁੰਦਾ, ਮੈਂ ਤੁਹਾਨੂੰ ਸਹੀ ਦੱਸਦੀ ਪਈ ਆ, ਸਮਝ ਆਈ? ਮੈਨੂੰ ਪਤਾ, ਮੈਨੂੰ ਸਾਰਾ ਹੀ ਪਤਾ ਵਾ, ਸਹੀ ਅੱਗੇ ਵੀ 3-4 ਵਾਰੀ ਮੈਂ ਤੂੰ ਸਹੀ ਦੱਸਿਆ ਸੀ ਜਦੋਂ ਮੈਂ ਉਸ ਤੋਂ ਫੜ ਲਿਆ ਸੀ। ਅੱਧਾ ਮੋਨਾ ਘੰਟਾ ਉਹ ਲੱਗੀ ਰਹੀ, ਬਾਅਦ ਚ ਬਾਜੀ ਨੇ ਫੋਨ ਫੜ ਲਿਆ ਕਿ ਮੈਂ ਵੀ ਗੱਲ ਕਰਨੀ ਆ। ਬਾਜੀ ਨੇ ਗੱਲ ਕੀਤੀ, ਬਾਅਦ ਛੋਟੇ ਨੂੰ ਵੀ ਜੋਸ਼ ਆਇਆ ਕਿ ਮੈਂ ਵੀ ਖਾਲਾ ਨਾਲ ਗੱਲ ਕਰਨੀ, ਉਹ ਕਰਦਾ ਆ। ਬਾਅਦ ਚ ਫਿਰ ਮੈਂ ਇਰਮ ਨੂੰ ਫੋਨ ਕਰ ਲਿਆ ਕਿ ਮੈਂ ਸੁਬਹ ਕਾਲਜ ਆਣਾ ਹੈ, ਦੱਸ ਤੇਰੇ ਨੋਟ। ਵਾਲਾਂ ਨੂੰ ਕੀ ਡਾਕਟਰ ਨੇ ਜਵਾਬ ਦਿੱਤਾ? ਇਹ ਸਾਰੇ ਉਹਨਾਂ ਇੱਕੋ ਟਾਈਮ ਹੀ ਗੱਲਾਂ ਕਰਨ ਲੱਗ ਪਏ, ਮੈਨੂੰ ਫਿਰ ਕੀ ਹੋ ਗਏ ਪਤਾ। ਖਾਲਾਂ ਦੇ ਦੋਵੇਂ? ਨਹੀਂ, ਕੀ ਗੱਲ ਹੋ ਗਈ ਖਾਲਾਂ ਨੂੰ, ਕਿਡਨੀ ਨਿਕਲ ਗਈ ਉਹਦੀ? ਆਪ ਤੁਸੀਂ ਹੁਣ ਲੜੀ ਜਾਂਦੇ ਜਦੋਂ ਮੈਂ ਬੰਦ ਰਹਿੰਦਾ, ਤੁਹਾਨੂੰ ਕਰਦੇ ਗੁੱਸਾ ਚੜ੍ਹਦਾ। ਬਾਜ਼ੀਆਂ ਬੰਦ ਕਰਦੇ, ਸਾਰਿਆਂ ਨੂੰ ਏਡਾ ਚਾਹ ਚੜ੍ਹ ਗਿਆ ਖਾਲਾਂ ਨਾਲ ਕਰਨ ਕਰਦਾ। ਖਾਲਾਂ ਕਿਤੇ ਯੁਗੰਡਾ ਚੋਂ ਆਈ ਹੈ 40 ਸਾਲ ਬਾਅਦ, ਏਡੀ ਅੱਗ ਲੱਗ ਗਈ ਖਾਲਾਂ ਨਾਲ ਗੱਲ ਕਰਦੇ ਆ। ਕੱਲ੍ਹ ਵਾਲੇ ਖਾਲਾਂ ਨਾਲ ਗੱਲ ਕੀਤੀ ਹੈ? ਕੰਮ ਕਿੰਨੇ ਕੀਤੀ ਹੈ, ਤੁਹਾਨੂੰ ਕਿੱਦਾਂ ਪਤਾ ਕੱਲ੍ਹ ਗੱਲ ਕੀਤੀ? ਤੂੰ ਕੱਲ੍ਹ ਜਦੋਂ ਤੋਂ ਦੱਸਦਾ ਇੱਕ ਬੰਦੇ ਨਾਲ ਰੋਜ਼, ਮਤਲਬ ਤੇਰੇ ਨਾਲ ਉਹਦੀ ਗੱਲਬਾਤ ਆ, ਤੇ ਮੈਨੂੰ ਨਹੀਂ ਪਤਾ ਖਾਲਾ ਨਾਲ ਫੋਨ ਆ ਗਿਆ। ਖਾਲਾ ਮਤਲਬ ਗੱਲਾਂ ਛੋਟੀ ਮਾਡੀ ਖਾਲਾ ਨਾਲ ਗੱਲ ਕੀਤੀ ਸੀਗੀ। ਸਾਇਜ਼ ਦਾ ਫਰਕ ਪਾ ਲਿਆ, ਵੱਡੀ ਛੋਟੀ ਦਾ? ਵਾਹ ਵਾਹ, ਠੀਕ ਆ, ਵੱਡੀ ਖਾਲਾ ਛੋਟੀ ਖਾਲਾ ਕਰ ਲਈ, ਸ਼ਾਬਾਸ਼, ਮੇਰੇ 4 ਸਾਲ ਹੈ ਤੁਹਾਨੂੰ ਪਤਾ ਹੀ ਹੈਗਾ। ਹਾਂਜੀ ਹਾਂਜੀ, ਦੋ ਹਾਲੇ ਹੋਰ ਵੀ ਨੇ ਪਿੱਛੇ ਰਹਿੰਦੀਆਂ ਮੈਨੂੰ, ਠੀਕ। ਅੱਛਾ, 2 ਘੰਟੇ ਚ ਕੱਲ ਵੱਡੀ ਨਾਲ ਕੀਤੀ ਜਾਂ ਛੋਟੀ ਨਾਲ ਗੱਲਾਂ, ਖਾਲਾ ਨਾਲ ਗੱਲ ਕੀਤੀ? ਹਾਂ, ਤੂੰ ਅਗਲੇ ਦਿਨ ਅਗਲੀ ਨਾਲ ਕਰ ਲਾਂਗੇ ਅਸੀਂ। ਆ ਨਹੀਂ ਜੀ, ਕਿਤੇ ਜਹਾਜ਼ ਤੇ ਚੱਲੀਆਂ ਚਾਰੇ, ਜਾਂਦਿਆਂ ਇਹਨਾਂ ਨੂੰ ਗੋਲੀਆਂ ਵੱਜ ਜਾਣੀਆਂ ਤੇ ਮੁੜ ਕੇ ਇਹਨਾਂ ਨੇ ਮਤਲਬ ਵਾਪਸ ਨਹੀਂ ਆਉਣਾ। ਕਿੱਥੇ ਚੱਲੀਆਂ ਨੇ, ਕਿਤੇ ਬਾਰਡਰ ਤੇ ਚੱਲੀਆਂ ਨੇ? ਇਹ ਗੱਲ ਨਹੀਂ ਹੈਗੀ, ਉਹ ਪਤਾ ਤੁਹਾਨੂੰ ਨਵਾਜ਼ ਸ਼ਰੀਫ ਦੇ ਜਲਸੇ 'ਚ ਚੱਲੀਆਂ, ਕਿਤੇ ਜਿਹੜੇ ਇਹਨਾਂ ਨੇ ਗੱਡੀਆਂ ਥੱਲੇ ਆ ਕੇ ਮਰਨਾ, ਯਾਰ ਆ ਬਰਨ ਜ਼ਿਆਦਤੀ ਆ। ਜ਼ਿਆਦਤੀ ਦੀ ਕਿਹੜੀ ਗੱਲ, ਹੁਣ ਘਰਾਂ ਦੇ ਵਿੱਚ ਫੋਨ ਹੋਣ ਤੇ ਗੱਲਾਂ ਤੇ ਕਰਨੀਆਂ ਨੇ ਨਾ, ਹੁਣ ਪੈਸੇ ਦਾ ਫਾਇਦਾ ਵੀ ਤੇ ਹੈ ਕਿ ਨਹੀਂ? ਖਾਲਾ ਵੱਡੀ ਸੀ, ਪਹਿਲੇ ਵੱਡੀ ਖਾਲਾ ਸੀ, ਮੁੜ ਕੇ ਤੂੰ ਖਾਲਾ ਦਾ ਸਾਇਜ਼ ਛੋਟਾ ਕਰ ਲਿਆ। ਹੁਣ ਪੈਦਾ ਹੀ ਬਾਅਦ ਚ ਹੋਈ, ਮੈਂ ਕਿਥੋਂ ਉਹਨੂੰ ਛੋਟਾ ਕੀਤਾ? ਯਾਰ ਦੇਖ, ਜਦੋਂ ਮੈਂ ਤੈਨੂੰ ਮੇਰੀ ਗੱਲ ਸੁਣ, ਜਦੋਂ ਮੈਂ ਤੈਨੂੰ ਸਭ ਤੋਂ ਪਹਿਲੇ ਮੁੰਡੇ ਨਾਲ ਫੇਸਬੁੱਕ ਬਾਰੇ ਨਾ ਪੜਿਆ, ਤੂੰ ਮੈਨੂੰ ਵਾਅਦਾ ਕੀਤਾ ਸੀ ਨਾ ਕਿ ਮੈਂ ਇਸ ਤੋਂ ਬਾਅਦ ਨਹੀਂ ਕਰੂੰਗੀ ਕੁਝ, ਤੇ ਮੈਂ ਉਹ ਤੋਂ ਬਾਅਦ ਕੀਤਾ ਕੁਝ? ਹੁੰਦੇ ਉਹਨਾਂ ਨੇ ਫੋਨ ਕੀਤਾ, ਸੁਣ ਲਾ ਮੇਰੀ ਗੱਲ, ਸੁਣ ਲਾ ਸੁਣ ਲਾ। ਉਸ ਤੋਂ ਬਾਅਦ ਮੁੰਡਾ ਜਿਹੜਾ ਰੋਂਗ ਨੰਬਰ ਆਇਆ, ਜਦੋਂ ਤੇਰੇ ਘਰ ਰੋਂਗ ਨੰਬਰ ਆਇਆ ਤੇ ਮੈਂ ਜਦੋਂ ਮੈਂ ਮੋਬਾਈਲ ਤੇਰਾ ਫੜਿਆ ਸੀ ਤੇ ਉਹਨੇ ਮੈਸੇਜ ਕੀਤਾ ਰੋਂਗ ਨੰਬਰ ਤੇ, ਉਦੋਂ ਵੀ ਤੂੰ ਮੇਰੇ ਇੰਜ ਪਹਿਲਾਂ ਪੈਰੀ, ਉਦੋਂ ਤੂੰ ਪੈਰੀ ਹੱਥ ਲਾ ਕੇ ਮੈਨੂੰ ਕਿਹਾ ਤੇ ਮੈਂ ਤੈਨੂੰ ਕਿਹਾ ਚੱਲ ਕੋਈ ਗੱਲ ਨਹੀਂ ਠੀਕ ਆ। 2 ਵਾਰੀ ਹੋ ਗਿਆ, ਫਿਰ 1 ਵਾਰੀ ਮੁੰਡਾ ਜਿਹੜਾ ਤੁਹਾਡੇ ਘਰ ਦੇ ਕੋਲ ਜਿਹੜਾ ਉਹ ਜਿੱਥੇ ਤੂੰ ਪਤਾ ਨਹੀਂ ਕੀ ਸੁਨੇ ਆ ਰਹੇ ਕੋਈ ਕਿੱਥੇ ਜਾਣੀ ਜਾਂ, ਉੱਥੇ ਮੁੰਡਾ ਸੀ, ਉਹਨੇ ਤੇਰਾ ਵਟਸਐਪ ਤੇ ਮੈਂ ਉਹਦਾ ਜਦੋਂ ਤੇਰਾ ਉਹਦਾ ਨੰਬਰ ਦੇਖਿਆ ਉੱਥੇ ਲਿਖਿਆ ਸੀ ਫਲਾਣਾ ਸੁਨਿਆਰਾ, ਤੇ ਤੂੰ ਕਹਿ ਤੇ ਸੁਨਿਆਰਿਆਂ ਨੂੰ ਵੀ ਆਪਣਾ ਨੰਬਰ ਦਿੱਤਾ, ਉਸ ਤੋਂ ਪਹਿਲੇ ਚਲੀ ਜਾ, ਮੇਰੇ ਮਿਲਣ ਤੋਂ ਪਹਿਲੇ ਦਾ ਤਾਂ ਮੈਨੂੰ ਪਤਾ ਹੀ ਨਹੀਂ। ਚੱਲ ਬਾਅਦ ਚ ਆ ਜਾ, ਬਾਅਦ ਚ ਆ ਜਾ ਨਾ, ਬਾਅਦ ਚ ਤੇਰਾ ਕਜ਼ਨ ਜਿਹੜਾ, ਬਾਅਦ ਚ ਮੇਰਾ ਕਜ਼ਨ ਜਿਹਦੇ ਨਾਲ ਬਿਊਟੀ ਪਾਰਲਰ ਤੇ ਜਾਣੀ ਹੁੰਦੀ ਸੀ, ਉਹਦੇ ਮੈਸੇਜ ਨੇ ਆਖੀ ਬੜੇ, ਉਦੋਂ ਤੂੰ ਰੋਣ ਲੱਗ ਪਈ ਕਿ ਅੱਛਾ ਇੱਕ ਤੋਂ ਜਦੋਂ ਕਿੰਨੇ ਕੁ ਮੈਂ ਮਾਮਾ ਕੋ 30-35 ਮੁੰਡਿਆਂ ਵਿੱਚ ਤੈਨੂੰ ਮਾਫੀ ਦਿੱਤੀ ਆ, ਹੁਣ ਮੈਂ ਕੀ ਮਤਲਬ ਸਿਰਫ ਰਮਾਲ ਰੱਖਣਾ ਰਹਿ ਗਿਆ ਮੇਰੇ ਮੋਢੇ ਤੇ ਬਸ। ਸਾਰੇ ਕੁਝ ਯਾਦ, ਉਹ ਤੋਂ ਬਾਅਦ ਮੈਂ ਕੀਤਾ ਕੁਝ ਹੋਰ? ਹੁਣ ਉਹਦੇ ਮੈਸੇਜ ਆਉਂਦੇ ਮੈਨੂੰ, ਕੋਈ ਮਾਫੀ ਮੰਗਣੀ ਸੀ ਮੈਂ ਤੁਹਾਡੇ ਕੋਲ ਉਦੋਂ। ਠੀਕ ਹੋ ਗਿਆ, ਠੀਕ ਹੈ, ਤੁਹਾਡੇ ਮੱਲੇ ਦੇ ਵਿੱਚ ਇੱਕ ਜਿਹਦੇ ਕੋਲ ਸੂਟ ਲੈਣ ਗਿਆ ਸੀ 1 ਵਾਰੀ, ਤੇ ਉਹਨੂੰ ਪਤਾ ਹੀ ਨਹੀਂ ਸੀ ਕਿ ਮੈਂ ਵੀ ਪਿੱਛੇ ਆ, ਤੇ ਉਹਨੇ ਕਿਹਾ ਸੀ ਉਹ ਮੇਰੀ ਜਾਨ ਆਈ ਤੇ ਮੈਂ ਤੁਹਾਡੇ ਵੱਲ ਵੇਖਿਆ ਸੀ ਤੇ ਉਹ ਤੁਸੀਂ ਉਹਦੇ ਵੱਲ ਵੇਖਿਆ ਸੀ ਤੇ ਉਹਨੇ ਬਾਅਦ ਚ ਸ਼ਰਮਿੰਦਾ ਜਿਹਾ ਹੋ ਕੇ ਤੇ ਚੁੱਪ ਕਰ ਗਿਆ ਸੀ ਤੇ ਘਰ ਆ ਕੇ ਤੇ ਰਸਤੇ ਦੇ ਵਿੱਚ ਵੀ ਲੜਾਈ ਸ਼ੁਰੂ ਹੋਈ ਸੀ ਤੇ 17 ਦਿਨ ਤੁਹਾਡੀ ਲੜਾਈ ਨੇ ਮਿੱਟੀ ਮੁੱਕੀ। ਪਤਾ ਹੈ ਮੈਨੂੰ ਸਾਰਾ ਕੁਝ ਹੋਇਆ ਸੀ, ਸੋਰੀ ਤਾਂ ਮੈਂ ਕੀਤੀ ਸੀ ਨਾ ਉਦੋਂ ਵੀ ਮੈਂ। ਸੋਰੀ ਤੇ ਤੂੰ ਕਰ ਲੈਣੀ ਆ, ਲੇਕਿਨ ਕੰਮ ਵੀ ਤਾਂ ਛੱਡ ਨਾ। ਨਹੀਂ ਦੁਬਾਰਾ ਤੇ ਨਹੀਂ ਨਾ ਕਿ ਮੈਂ ਉਹਨਾਂ ਮਿਲੀ ਤੁਹਾਨੂੰ, ਦੁਬਾਰਾ ਤੇ ਉਹਨੇ ਤੇ ਨਹੀਂ ਨਾ ਮੈਨੂੰ ਕੁਝ ਕਿਹਾ। ਮੈਨੂੰ ਕੀ ਪਤਾ, ਮੈਂ ਕਿਹੜਾ ਉਹਦੀ ਦੁਕਾਨ ਦੇ ਬਾਹਰ ਬੈਠਾ ਰਹਿਣਾ। ਉਦੋਂ ਤੁਸੀਂ ਬੜਾ ਮਗਰ ਆਇਆ ਸੀ, ਹੁਣ ਵੀ ਧਿਆਨ ਰੱਖਿਆ ਕਰੋ ਨਾ ਬਾਅਦ ਚੋਂ, ਜਾਂ ਸ਼ੱਕ ਨਾ ਕਰਿਆ ਕਰੋ ਮੇਰੇ ਤੇ। ਧਿਆਨ ਇਹ ਤਾਂ ਸਵਾਰ ਰੱਖਾਂ ਮੈਂ, 2 ਘੰਟੇ ਹੁਣ ਤੂੰ ਵੇਟਿੰਗ ਤੇ, ਹੁਣ ਤੂੰ ਵਿੱਚ ਖਾਲਾ ਪਾ ਲਈ ਜੀ, ਖਾਲਾ ਗੱਲ ਕਰ ਰਹੀ ਸੀ। ਕਿੰਨੇ ਕਿੰਨੇ 30 ਮੁੰਡੇ ਮੈਂ ਆਪਣੇ 30 ਮੁੰਡੇ ਮੈਂ ਆਪਣੇ ਉਹ ਨੇ ਜਿਹੜੇ ਮੈਂ ਆਪਣੀ ਮਤਲਬ ਪਿਛਲੇ 1.5 ਸਾਲ ਚ ਫੜੇ ਨੇ, ਨਹੀਂ ਫੜੇ ਜਾਂਦੇ ਕਿਹਦੇ ਕੋਲ ਨਹੀਂ ਹੁੰਦੀ ਗਲਤੀ, ਸਾਡੇ ਕੋਲ ਹੀ ਹੁੰਦੀ, ਮੈਂ ਗਲਤੀ ਕੀਤੀ ਮੰਨੀ ਨਹੀਂ ਮੈਂ ਬਾਅਦ ਚੋਂ। ਵਾਹ ਵਾਹ, ਕੀ ਗਲਤੀ ਆ, ਯਾਨੀ ਜਿੰਨੇ, ਯਾਨੀ ਐਸੀ ਗੱਲ ਆ ਜੇ ਮੈਂ, ਅੱਛਾ ਮੈਂ ਆਪਣੇ ਇੱਕ ਦੋਸਤ ਨੂੰ ਕਿਹਾ ਸੀ ਕਿ ਯਾਰ